ਕੇਂਦਰ ਸਰਕਾਰ ਦਾ ਜੁਲਾਈ ਤੋਂ ਸ਼ੁਰੂ ਹੋਣ ਵਾਲੇ 2017 ਦੇ ਸੈਸ਼ਨ ਵਿੱਚ ਕੁੱਲ 19.44 ਕਰੋੜ ਹੈਕਟੇਅਰ ਬੁਆਈ ਖੇਤਰ ਵਿੱਚੋਂ 40% ਨੂੰ ਬੀਮਾ ਯੋਜਨਾਵਾਂ ਅਧੀਨ ਲਿਆਉਣ ਦਾ ਟੀਚਾ। ਸਾਲ 2016 ਅਤੇ 17 ਦੇ ਫਸਲ ਵਰੇ ਵਿੱਚ 5.11 ਕਰੋੜ ਹੈਕਟੇਅਰ ਖੇਤਰ ਫਸਲ ਬੀਮਾ ਦੇ ਦਾਇਰੇ ਵਿੱਚ ਸੀ। ਖੇਤੀ ਮੰਤਰਾਲਾ ਨੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਫਿਲਹਾਲ ਫਸਲ ਬੀਮਾ 2 ਯੋਜਨਾਵਾਂ ਮੁੜ ਗਠਿਤ ਮੌਸਮ ਆਧਾਰਿਤ ਫਸਲ ਬੀਮਾ ਯੋਜਨਾ ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਧੀਨ ਕੀਤਾ ਜਾ ਰਿਹਾ। ਸੂਬਾ ਸਰਕਾਰਾਂ, ਬੈਂਕਾਂ ਅਤੇ ਬੀਮਾ ਕੰਪਨੀਆਂ ਨੂੰ ਉਚਿਤ ਰਣਨੀਤੀਆਂ ਅਪਣਾਉਣ ਲਈ ਕਿਹਾ ਜਾਵੇਗਾ, ਜਿਸ ਨਾਲ ਉਹ ਇਸ ਟੀਚੇ ਨੂੰ ਹਾਸਲ ਕਰ ਸਕਣ। ਇਸ ਵਿੱਚ ਜ਼ਿਆਦਾ ਫਸਲਾਂ ਨੂੰ ਅਧਿਸੂਚਿਤ ਕਰਨ ਅਤੇ ਕਰਜ਼ਾ ਨਾ ਲੈਣ ਵਾਲਿਆਂ ਉੱਤੇ ਜ਼ਿਆਦਾ ਧਿਆਨ ਦੇਣਾ ਸ਼ਾਮਿਲ ਹੈ।